कैप्टन अमरिंदर सिंह ते उन्हां दे वजीर साहिबान आप का बैठे हैं एसी दे कमरियां च, आप का फाइव स्टार रोटी खा रहे हैं। अज दी सरकार केवल ते केवल अपनी कुर्सी बचाउण ते है। हुण बिजली दी भी एमरजेंसी लग गई ते सरकार आईसीयू च पई है। ਜਾਂ ਕਿਸੇ ਦਾ ਵੱਡਾ ਦਫ਼ਤਰ ਚੱਲਦਾ ਹੈ ਜਾਂ ਕੋਈ ਕਾਲ ਸੈਂਟਰ ਚੱਲਦਾ, ਉੱਥੇ ਜੇ ਵੱਡੇ ਏਸੀ ਲੱਗੇ ਬੰਦ ਕਰਾ ਦਿਓਗੇ ਜਾਂ ਹੋਟਲ 'ਚ ਏਸੀ ਬੰਦ ਕਰਾ ਦਿਓਗੇ ਤਾਂ ਕਿਹਨੇ ਆਉਣਾ, ਕਿਹਨੇ ਜਾਣਾ? ਅਤੇ ਆਪ ਇਹ ਏਸੀ ਕਮਰਿਆਂ 'ਚ ਬੈਠੇ ਸਾਰੇ, ਆਪ ਤਾਂ ਲੋਕਾਂ ਨੂੰ ਮਿਲ ਕੇ ਰਾਜੀ ਨਹੀਂ, ਆਪ ਦੀ ਸਰਕਾਰ ਬਚਾਉਣ 'ਤੇ ਲੱਗੇ। ਖਬਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੈ। ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲ ਰਹੀ ਖਾਣ ਨੂੰ ਰੋਟੀ, ਪਰ ਪੰਜਾਬ ਦੇ ਮੰਤਰੀਆਂ ਦਾ ਨਹੀਂ ਮੁੱਕ ਰਿਹਾ ਆਪਸੀ ਲੰਚ। ਇਹ ਕਹਿਣਾ ਹੈ ਵਿਕਰਮ ਮਜੀਠੀਆ ਦਾ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ 300 ਯੂਨਿਟ ਫ੍ਰੀ ਬਿਜਲੀ ਕਰਨ ਦੇ ਦਾਅਵਿਆਂ ਤੋਂ ਬਾਅਦ ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਸਿਆਸਤ ਕਾਫੀ ਭਖਦੀ ਹੋਈ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਹੀ ਬਿਜਲੀ ਦੇ ਲੰਬੇ ਲੰਬੇ ਕੱਟ ਦੇਖਣ ਨੂੰ ਮਿਲ ਰਹੇ ਨੇ। ਇਹਨਾਂ ਬਿਜਲੀ ਦੇ ਕੱਟਾਂ ਤੋਂ ਲੋਕ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਲੋਕਾਂ ਨੂੰ ਪੂਰੇ ਤਰੀਕੇ ਨਾਲ ਘਰਾਂ 'ਚ ਬਿਜਲੀ ਨਹੀਂ ਮਿਲ ਰਹੀ ਹੈ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਫਸਲ ਲਗਾਉਣ ਲਈ ਵੀ ਬਿਜਲੀ ਪ੍ਰੋਪਰਲੀ ਨਹੀਂ ਮਿਲ ਰਹੀ ਹੈ ਅਤੇ ਬਿਜਲੀ ਦੇ ਲੰਬੇ ਲੰਬੇ ਕੱਟ ਦੇਖਣ ਨੂੰ ਪੰਜਾਬ ਵਿੱਚ ਮਿਲ ਰਹੇ ਨੇ। ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤਾਂ ਖੁਦ ਇਸ ਵੇਲੇ ICU ਵਿੱਚ ਹੈ, ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕੀ ਬਚਾਉਣਾ ਹੈ? ਮੈਂ ਕਹਿ ਸਕਦਾ ਕਿ ਬਿਜਲੀ ਦੀ ਜੋ ਐਮਰਜੈਂਸੀ ਦੇ ਹਾਲਾਤ ਬਣੇ ਆ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਔਰ ਪੰਜਾਬ 'ਚ ਜਦੋਂ ਝੋਨੇ ਦੀ ਬਿਜਾਈ ਦਾ ਸਮਾਂ ਹੋਵੇ ਜਾਂ ਕਣਕ ਦੀ ਬਿਜਾਈ ਦਾ ਸਮਾਂ ਹੋਵੇ ਤੇ ਉਹਦੇ 'ਚ ਕਿਸੇ ਤਰੀਕੇ ਦਾ ਬਿਜਲੀ ਦੀ ਸਪਲਾਈ ਦੀ ਘਾਟ ਆ ਜਾਣੀ, ਮਤਲਬ ਕਿ ਸਾਰੇ ਪੰਜਾਬ ਦੀ ਇਕੋਨਮੀ ਨੂੰ ਤਹਿਸ਼ ਨਹਿਸ਼ ਕਰਨ ਵਾਲਾ ਇੱਕ ਹਾਲਾਤ ਪੈਦਾ ਹੋ ਸਕਦੇ ਔਰ ਕਿਸਾਨੀ ਕਿੱਡੇ ਵੱਡੇ ਖਤਰੇ 'ਚ ਪੈ ਜਾਂਦੀ ਹੈ ਔਰ ਇਹ ਕਿਸਾਨੀ ਨੂੰ ਬੜੇ ਵੱਡੇ ਪੱਧਰ 'ਤੇ ਥਰੈਟਨ ਕਰਦਾ। ਸਾਰੀ ਅਖਬਾਰਾਂ ਅੱਜ ਦੀਆਂ ਵੇਖ ਲਓ, ਪਿਛਲੀਆਂ ਵੇਖ ਲਓ, ਦਸ ਤੋਂ ਪੰਦਰਾਂ ਘੰਟਿਆਂ ਦੇ ਕੱਟ ਰੋਜ਼ ਦੇ ਲੱਗ ਰਹੇ। ਕਿੱਥੇ ਸਰਕਾਰ ਦਾ ਵਾਅਦਾ ਸੀ ਕਿ ਅਸੀਂ 24 ਘੰਟੇ ਬੱਤੀ ਦੀ ਸਪਲਾਈ ਦੇਵਾਂਗੇ, 24 ਘੰਟੇ ਤਾਂ ਕੀ ਦੇਣੀ ਸੀ, 10-12 ਘੰਟੇ ਵੀ ਸਪਲਾਈ ਪੂਰੀ ਨਹੀਂ ਆ ਰਹੀ। ਮੋਟਰਾਂ ਨੂੰ 8 ਘੰਟੇ ਦੀ ਸਪਲਾਈ ਦੀ ਜਗ੍ਹਾ 3-4 ਘੰਟੇ ਦੀ ਸਪਲਾਈ ਮੋਟਰਾਂ ਨੂੰ ਮਿਲ ਰਹੀ ਹੈ ਔਰ ਉਹਦਾ ਵੀ ਕੋਈ ਸਮਾਂ ਨਿਸ਼ਚਿਤ ਨਹੀਂ। ਜਿਹੜੇ ਕਿਸਾਨ ਨੂੰ ਖੇਤਾਂ 'ਚ ਹੋਣਾ ਸੀ ਉਹ ਸੜਕਾਂ 'ਤੇ ਤੁਰਿਆ ਫਿਰਦਾ। ਕਿਸਾਨ ਆਪਦੇ ਘਰੇ, ਖੇਤ ਮਜ਼ਦੂਰ, ਕਿਸਾਨ ਪੈਲੀਆਂ ਦੇ ਬੰਬੀਆਂ ਦੇ ਨੇੜੇ ਬੈਠੇ ਕਿ ਜਦੋਂ ਬੱਤੀ ਆਊ, ਇੱਕ ਤਰੀਕੇ ਦਾ ਪਹਿਰਾ ਦੇ ਰਹੇ ਉੱਥੇ, ਮਗਰ ਬੱਤੀ ਆਉਂਦੀ ਨਹੀਂ ਔਰ ਹਾਲਾਤ ਐਡੇ ਨਾਜ਼ੁਕ ਕਰਤੇ ਆ ਕਿ ਮੈਨੂੰ ਅੱਜ, ਮੈਂ ਪਿੰਡਾਂ 'ਚੋਂ ਫਿਰਦਾ ਆਇਆ, ਮੈਨੂੰ ਕਹਿੰਦੇ ਜੇ ਟਰਾਂਸਫਾਰਮਰ ਇੱਕ ਨੋਰਮਲ ਹੁੰਦਾ ਕਿ ਇਸ ਸਮੇਂ 'ਚ ਤਾਰਾਂ ਲਾਈਨਾਂ ਟਰਾਂਸਫਾਰਮਰ ਫੁੱਕ ਜਾਣੇ ਔਰ ਉਹਨੂੰ ਬਦਲਣਾ, ਇੱਕ ਅਨਓਫੀਸ਼ੀਅਲ ਲੈਟਰ ਹੀ ਨਿਕਲੀ ਹੋਈ ਹੈ ਕਿ ਕਿਸੇ ਨੇ ਨਵੇਂ ਟਰਾਂਸਫਾਰਮਰ ਦੀ ਡਿਮਾਂਡ ਹੀ ਰੇਜ਼ ਨਹੀਂ ਕਰਨੀ ਅਤੇ ਜੇ ਟਰਾਂਸਫਾਰਮਰ ਫੁੱਕ ਜਾਂਦਾ, ਹਫ਼ਤਾ ਹਫ਼ਤਾ ਲੰਘ ਜਾਂਦਾ ਸਮਾਂ, ਤਾਂ ਉਹਦੇ ਹਾਲਾਤ ਵੇਖ ਲਓ ਕਿਸੇ ਕਿਸਾਨ ਦੇ ਕੀ ਬਣ ਰਹੇ। ਔਰ ਮੈਂ ਇੱਕ ਤੁਹਾਨੂੰ ਵੀਡੀਓ ਵਿਖਾਉਣਾ ਚਾਹੁੰਦਾ ਕਿ ਮੌਜੂਦਾ ਕਾਂਗਰਸ ਸਰਕਾਰ ਨੂੰ ਲੋਕਾਂ ਦਾ ਦਰਦ ਕੋਈ ਨਹੀਂ, ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਵਜ਼ੀਰ ਸਾਹਿਬਾਨ ਆਪ ਤਾਂ ਬੈਠੇ ਆ ਏਸੀ ਦੇ ਕਮਰਿਆਂ 'ਚ, ਆਪ ਤਾਂ ਫਾਈਵ ਸਟਾਰ ਰੋਟੀ ਖਾ ਰਹੇ ਆ, ਲੋਕ ਸੜਕਾਂ 'ਤੇ 45 ਡਿਗਰੀ 'ਤੇ ਬਾਹਰ ਸੜਕਾਂ 'ਤੇ ਬੈਠੇ ਆ ਅਤੇ ਦੋ ਵਕਤ ਦੀ ਰੋਟੀ, ਕਿਉਂਕਿ ਝੋਨਾ ਕਣਕ ਖੇਤੀ ਜੇ ਆਬਾਦ ਰਹੂ ਤਾਂ ਉਹਨਾਂ ਦੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਮਿਲਣੀ ਆ। ਇਹ ਹਾਲਾਤ ਜਦ ਬਣ ਜਾਣ
अज की सरकार केवल ते केवल अपनी कुर्सी बचाउन ते है। इसलिए मैं शुरू च गल कीती कि यह तो सुनते सा कि फाइनैंशियल एमरजेंसी है पंजाब च, हुण बिजली की भी एमरजेंसी लग गई तो सरकार ICU च पई है। ये आपदे MLA की खरीदो फरोख तो जां कोई दिल्ली जाके डेरा लाई बैठे कि मैनू कुर्सी मिल जाए, कोई कह रहा इनू ला दियो इनू बना दियो, लोगों की किसी तरीके की कोई चिंता नहीं। मैं दो वीडियो थोनू जरूर विखाउणा चाहुंदा। आ वीडियो मैं अज की जिहड़ी फोटो है आ वीडियो थोनू विखा देना जिहड़ी पंजाब सरकार ने अपलोड की है। ऑर्डर वेख लो पंजाब सरकार ने की किया है। ऑर्डर यह किया कि पंजाब च हुण दो तीन दिन लई सरकारी दफ्तर च पूरा एक तरीके का कट लगेगा, उत्थे कोई AC ना चलावे। जिन्ने भी वड्डे दफ्तर ने, कारखाने ने या उन्हां दे दफ्तर ने कमर्शियल ने, उन्हां नूं कहता तुसी अपना AC बंद कर दिओ ते किवें कम चलूगा। जे मॉल च कोई चलदा है या किसी का वड्डा दफ्तर चलता है या कोई कॉल सेंटर चलता है, उत्थे जे वड्डे AC लगे बंद करा दोगे या होटल च AC बंद करा दोगे तो किने आना किने जाना। ते आप AC कमरे च बैठे सारे, आप तो लोगों नूं मिल के राजी नहीं, आप दी सरकार बचाउण ते लगे और वधिया 5-star फैसिलिटी च 5-star रोटी चल रही है। और अज आ एक होर PSPCL ने आपका कढ़िया है कि पंजाब स्टेट पावर कारपोरेशन लिमिटेड इंपोजिज 2 days कंपलसरी ऑफ ऑन इंडस्ट्री। 2 दिन की छुट्टी करती इंडस्ट्री नूं, जिहड़ा अगे साल 1.5 साल 2 साल की छुट्टी ते ही सी लॉकडाउन करके, उन्हां नूं अगे इकनोमिक हार्डशिप इकनोमिक मार एडी पई है। सरकार ने कोई इकनोमिक पैकेज दिता नहीं। जिहड़ा वर्कर है या कोई मुलाजम है वह भी तरस रहा सी कि फैक्टरी चले तो मैं जाके आपकी ड्यूटी संभाला तो आपके बच्चों का सेवा संभाल कर सकां, मैनू तनखाह मिलेगी। उल्टा जे हालात ठीक होए तो पंजाब की कांग्रेस की सरकार ने कहता हुण बंद कर दिओ। और दूजा जिहड़ा मैं अगे कहा अपील्स टू गवर्नमेंट एंड पब्लिक सैक्टर ऑफिसिज टू स्विच ऑफ AC, ये तो हालात बन गए हैं। और ये तो खबर अगली कहड़ी हो सकती है, आ मैं थोनू आ दे रहा कि पिंड मुख्यमंत्री साहब का अपना पिंड, इस पिंड महराज तो इन्हों का एक मंत्री रामपुरा फूल हल्के च ये पिंड पैंदा जिथों के कांगड़ साहब वजीर ने, ओ पिंड की खबर की लगी है बिजली कटा तो परेशान पिंड महराज के लोग चढ़े वाटर वर्क टैंकी ते। पिंड वासियां ने बठिंडा चंडीगढ़ कौमी शाहमार की जाम, मतलब किसी होर की गल तो छोड़ो, पटियाले शहर की वीडियो आ गई है, पटियाले जिले की आ गई है कि लोगों ने मजबूर हो गए है अपना झोना वाहन ते तुर पे है क्योंकि उन्हां कोल हुण कोई होर चारा नहीं रह गया। आ मैं वीडियो थानू चाहूंगा 2 मिनट वीडियो वेख लो क्योंकि वीडियो ही दर्शाउंदी है सरकार दी की प्रायोरिटी है। आ वीडियो पहली आ ता जिहड़ी अज इन्होंने रिलीज कीती है, आप ता AC चला के बैठे है और इस तो बाद लंच होस्ट कीता, मंत्री बैठे है ते लोकां नूं कहिंदे कर दो AC बंद, ये AC च बैठन ते लोग सड़कां ते बैठन 45 degrees ते, ये ता सरकार दे हालात बने। और दूजी वीडियो आ लोकां दी गल सुन लिओ। आ लोकां दे हाल है, चाहे रात नूं इक आ ता दिन दा धरना, आ सारियां साडियां धीआं भैणां बच्चे ओ अड औखे जद घर च बत्ती नहीं, कादी ऑनलाइन पढ़ाई होनी है, की होना की नहीं होना, सारा कुछ ही बंद हो गया। आ रात दा धरना वज गया, मतलब और रोपड़ शहर रूपनगर जिला जिहड़ा चंडीगढ़ तो बिल्कुल नेड़े जिथे आप थर्मल प्लांट दे कई उथे थर्मल लग्या ओ अड, ए हालात उथो दे पैदा होए है। और तुसी वड्डी गल वेखो कि जो
ਸਾਡੀ ਸਰਕਾਰ ਸਮੇਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਜਦੋਂ ਮੈਨੂੰ ਯਾਦ ਹੈ 2007 'ਚ ਸਰਕਾਰ ਸੰਭਾਲੀ ਸੀ ਉਦੋਂ ਵੀ ਕੈਪਟਨ ਸਾਹਿਬ ਇਹੀ ਹਾਲ ਕਰਕੇ ਗਏ ਸੀ 2002 ਅਤੇ 7 ਦੇ ਵਿੱਚ ਪਾਵਰ ਦੇ ਵੱਡੇ ਵੱਡੇ ਕੱਟ ਲੱਗਦੇ ਸੀ ਬਿਜਲੀ 10 ਘੰਟੇ ਤੋਂ ਘੱਟ ਪਿੰਡਾਂ ਨੂੰ ਜਾਂ ਸ਼ਹਿਰਾਂ 'ਚ ਆਉਂਦੀ ਸੀ ਔਰ ਬੰਬੀਆਂ ਨੂੰ ਪਹੁੰਚਦੀ ਨਹੀਂ ਸੀ ਹੋਇਆ ਕਿ 10 ਸਾਲਾਂ 'ਚ ਪੰਜਾਬ ਨੂੰ ਅਸੀਂ ਪਾਵਰ ਸਰਪਲਸ ਸੂਬਾ ਬਣਾਇਆ ਔਰ ਕੇਵਲ ਪਾਵਰ ਸਰਪਲਸ ਨਹੀਂ ਬਣਾਇਆ ਨਵੇਂ ਮੋਟਰਾਂ ਦੇ ਬੰਬੀਆਂ ਦੇ ਕਨੈਕਸ਼ਨ ਦਿੱਤੇ ਔਰ ਨਾਲ ਇਨਸ਼ੋਰ ਕੀਤਾ ਕਿ ਲਾਸਟ ਮਾਈਲ ਕਨੈਕਟੀਵਿਟੀ ਕਿ ਅਖੀਰਲੇ ਘਰ ਤੱਕ ਪਿੰਡ ਦੀਆਂ ਡੇਰੇ ਢਾਣੀਆਂ ਤੱਕ ਹਰੇਕ ਨੂੰ ਬੱਤੀ ਪਹੁੰਚੇ ਇੰਡਸਟਰੀ ਨੂੰ ਬੱਤੀ ਪਹੁੰਚੇ ਦੁਕਾਨਾਂ 'ਤੇ ਬੱਤੀ ਪਹੁੰਚੇ 24 ਘੰਟੇ ਬੱਤੀ ਦੀ ਸਪਲਾਈ ਕੀਤੀ ਔਰ ਉਹ ਜਿੱਥੇ ਇਹ ਸਪਲਾਈ ਨਿਸ਼ਚਿਤ ਕੀਤੀ ਉੱਥੇ ਵਧੀਆ ਟਰਾਂਸਮਿਸ਼ਨ ਲਾਈਨਸ ਕਿਉਂਕਿ ਰੋਬਸਟ ਟਰਾਂਸਮਿਸ਼ਨ ਸਿਸਟਮ ਦੀ ਲੋੜ ਸੀ ਜਿਹੜੀਆਂ ਲਾਈਨਾਂ ਨੇ ਉਹ ਨਵੀਆਂ ਲਾਈਨਾਂ ਕਈ ਹਜ਼ਾਰ ਕਿਲੋਮੀਟਰ ਦੀਆਂ ਖਿੱਚ ਕੇ ਪ੍ਰੋਬਲਮ ਹੀ ਨਹੀਂ ਆਉਣ ਦਿੱਤੀ ਟਰਾਂਸਫਾਰਮਰ ਜੇ ਫੁੱਕਦਾ ਸੀ 24 ਘੰਟੇ ਵੀ ਜ਼ਿਆਦਾ ਹੁੰਦੇ ਸੀ 5-10 ਘੰਟੇ 'ਚ ਨਵਾਂ ਟਰਾਂਸਫਾਰਮਰ ਚੜ ਜਾਂਦਾ ਸੀ ਅੱਜ ਹਾਲਾਤ ਵੇਖ ਲਓ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਮਗਰ ਇਹ ਵੀ ਅਸਲੀਅਤ ਹੈ ਕਿ ਬਿਜਲੀ ਬੱਤੀ ਇੰਨੀ ਆਮੋ ਆਮ ਕਰਤੀ ਸੀ ਭਾਵੇਂ ਮੈਂ ਨਹੀਂ ਸਮਝਦਾ ਕਿ ਨਹੀਂ ਇਹ ਕਿਸੇ ਨੂੰ ਕੁੰਡੀ ਨਹੀਂ ਲਾਉਣੀ ਚਾਹੀਦੀ ਮਗਰ ਉਦੋਂ ਇਹ ਹਾਲਾਤ ਬਣ ਗਏ ਸੀ ਕਿ ਕੁੰਡੀ ਵੀ ਲੱਗ ਜਾਂਦੀ ਸੀ ਕਹਿਣ ਦਾ ਭਾਵ ਕਿ ਲੋਕ ਗਰੀਬ ਤੋਂ ਗਰੀਬ ਜਿਹਦੇ ਕੋਲ ਜੇ ਪੈਸੇ ਵੀ ਨਹੀਂ ਦੇਣ ਨੂੰ ਸੀ ਉਹ ਵੀ ਬੱਤੀ ਤੋਂ ਬਿਜਲੀ ਤੋਂ ਵਾਂਝਾ ਨਹੀਂ ਰਹਿੰਦਾ ਸੀ ਅੱਜ ਦੇ ਹਾਲਾਤ ਵੇਖ ਲਓ ਜੇ ਇਸ ਤਰ੍ਹਾਂ ਹੀ ਹਾਲ ਰਿਹਾ ਮੈਂ ਹੁਣੇ ਆ ਨਹਿਰਾਂ ਸੁੱਕੀਆਂ ਪਈਆਂ ਨੇ ਬਿਜਲੀ ਤੁਸੀਂ ਦੇ ਨਹੀਂ ਰਹੇ ਅਤੇ ਫਸਲ ਸਾਂਭੀ ਕਿਵੇਂ ਜਾਣੀ ਹੈ ਆਹ ਵੱਡੀ ਗੱਲ ਮੈਂ ਵੇਖ ਰਿਹਾ ਸਾਂ ਕਿ ਇਹਨਾਂ ਨੂੰ ਜੇ ਕਿਸਾਨਾਂ ਤੋਂ ਮੇਰੇ 2-4 ਆਪਦੇ ਭਰਾਵਾਂ ਨਾਲ ਗੱਲ ਹੋਈ ਕਹਿੰਦੇ ਜੀ ਜੇ 50% ਬੱਤੀ ਜੋ ਅੱਜ ਦੇ ਹਾਲਾਤ ਹੈ ਜੇ 3-4 ਘੰਟੇ ਬੱਤੀ ਆਵੇ ਔਰ ਬਾਕੀ ਸਾਨੂੰ ਜੇ ਡੀਜ਼ਲ 'ਤੇ ਖਰਚਾ ਕਰਕੇ ਆਪਦੀ ਫਸਲ ਸਾਂਭਣੀ ਪਊ ਅਤੇ ਜੋ ਟੋਟਲ ਏਕੜੇ ਪੰਜਾਬ 'ਚ ਹੈ ਉਹਦੇ ਹਿਸਾਬ ਨਾਲ ਕੋਈ 2.5-3.5 ਕਰੋੜ ਦਾ ਡੀਜ਼ਲ 'ਤੇ ਜਿਹੜਾ ਖਰਚਾ ਹੋਣਾ ਵਾਧੂ ਲੋਡ ਖਰਚ ਕਿਸਾਨਾਂ 'ਤੇ ਪੈ ਜਾਣਾ ਕੀ ਪੰਜਾਬ ਸਰਕਾਰ ਉਹਨਾਂ ਨੂੰ ਕੰਪਨਸੇਟ ਕਰਨ ਨੂੰ ਤਿਆਰ ਹੈ ਕੀ ਮੈਂ ਅੱਜ ਡਿਮਾਂਡ ਕਰਦਾ ਪੰਜਾਬ ਸਰਕਾਰ ਜਾਂ ਤਾਂ ਪੈਕੇਜ ਦੇਵੇ ਕਿ ਤੁਸੀਂ ਬਿਜਲੀ ਨਹੀਂ ਦੇ ਸਕਦੇ ਫਿਰ ਪਰ ਏਕੜ ਤੁਸੀਂ ਇੱਕ ਪ੍ਰਾਈਸ ਨਿਸ਼ਚਿਤ ਕਰੋ ਕਿ ਜਿਹੜਾ 3.5-3 ਹਜ਼ਾਰ ਤੋਂ 3.5 ਕਰੋੜ ਰੁਪਏ ਦਾ ਵਾਧੂ ਬੋਝ ਪੈਣਾ ਉਹਦੀ ਭਰਪਾਈ ਕਰੋ ਨਹੀਂ ਤਾਂ ਲੋਕਾਂ ਨੂੰ ਕਿਉਂ ਮਾਰ ਪਵੇ ਮਾਰ ਤਾਂ ਲੋਕੀ ਅੱਗੇ ਸੈਂਟਰ ਦੀ ਪਾਲਸੀਆਂ ਕਰਕੇ ਖਾ ਰਹੇ ਆ ਜੋ ਭਾਜਪਾ ਨੇ ਬਣਾਈਆਂ ਹੁਣ ਪੰਜਾਬ ਦੀ ਸਰਕਾਰ ਵੀ ਦਿੱਲੀ ਨੂੰ ਖੁਸ਼ ਕਰਨ ਲਈ ਜਾਂ ਦਿੱਲੀ ਨਾਲ ਰਲ ਕੇ ਆਪਦੇ ਕਿਸਾਨਾਂ ਨੂੰ ਮਾਰਨ 'ਤੇ ਹੋਈ ਹੈ ਔਰ ਸਰਕਾਰ ਦੋਹਰੀ ਕਮਾਈ ਕਰ ਰਹੀ ਹੈ ਕਿ ਇਹ ਖਬਰ ਵੀ ਨਿਕਲ ਕੇ ਆਈ ਹੈ ਮੈਂ ਤੁਹਾਨੂੰ ਦਿਖਾ ਦਿਆਂ ਕਿ ਆ ਬਿਜਲੀ ਸੰਕਟ ਖੇਤਾਂ 'ਚ ਝੋਨੇ ਛੱਡ ਸੜਕਾਂ 'ਤੇ ਆਏ ਕਿਸਾਨ ਔਰ ਇੱਕ ਇਹ ਖਬਰ ਵੀ ਨਿਕਲ ਕੇ ਆ ਰਹੀ ਹੈ ਬਿਜਲੀ ਕਟੌਤੀ ਪਿਛਲਾ ਗੁਪਤ ਏਜੰਡਾ ਮਤਲਬ ਕਹਿਣ ਦਾ ਕੀ ਭਾਵ ਹੈ ਉਹਨਾਂ ਦਾ ਕਿ ਇਹ ਮਨ ਬਣਾਇਆ ਹੈ ਕਿ ਜੇ ਬਿਜਲੀ ਦੀ ਸਪਲਾਈ ਘਟਾਵਾਂਗੇ ਤਾਂ ਉਹਦੇ ਨਾਲ ਸਾਨੂੰ ਸਬਸਿਡੀ ਵੀ ਘੱਟ ਦੇਣੀ ਪੈਣੀ ਇਹ ਜਾਣ ਬੁੱਝ ਕੇ ਕਿਉਂਕਿ ਇਹ ਪਲੈਨਿੰਗ ਦਾ ਹਿੱਸਾ ਸੀ ਦੇਖੋ ਸਾਡੇ ਵੇਲੇ ਸਰਪਲਸ ਰਹਿੰਦੀ ਸੀ ਅੱਜ ਹਾਲਾਤ ਇਹ ਬਣ ਗਏ ਆ ਸਪਲਾਈ ਐਂਡ ਡਿਮਾਂਡ ਦੀ ਜਿਹੜੀ ਨਿਕਲ ਕੇ ਆਈ ਹੈ ਕਿ 14,000-15,000 ਮੈਗਾਵਾਟ ਦੀ ਡਿਮਾਂਡ ਹੋ ਗਈ ਹੈ ਅਤੇ ਜਨਰੇਸ਼ਨ ਹੁਣ ਕਿੰਨੀ ਰਹਿ ਗਈ ਜਿਹੜੇ ਸਾਡੇ ਵੇਲੇ ਸਰਪਲਸ ਹੁੰਦੀ ਸੀ ਅੱਜ ਉਹ ਘੱਟ ਗਈ ਹੈ ਸ਼ਾਰਟਫਾਲ ਕੋਈ 1500-2000 ਮੈਗਾਵਾਟ ਦਾ ਸ਼ਾਰਟਫਾਲ ਹੋ ਗਿਆ ਕਿਉਂ ਹੋਇਆ ਸ਼ਾਰਟਫਾਲ ਕਿਉਂਕਿ 4.5 ਸਾਲਾਂ 'ਚ ਇੱਕ ਯੂਨਿਟ ਐਡ ਨਹੀਂ ਕੀਤਾ ਬਿਜਲੀ ਦਾ ਇੱਕ ਨਵੀਂ ਲਾਈਨ ਨਹੀਂ ਪਾਈ ਕੋਈ ਨਵਾਂ ਟਰਾਂਸਫਾਰਮਰ ਦੀ ਜਿਹੜੇ ਵੱਡੇ ਕਰਨੇ ਸੀ ਜਾਂ ਹੋਰ ਸੁਧਾਰ ਕਰਨੇ ਸੀ ਕੱਖ ਨਹੀਂ ਕੀਤਾ ਅੱਜ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਅੱਜ ਮਾਰ ਪੈਣੀ ਸ਼ੁਰੂ ਹੋਈ ਔਰ ਆਲਰੇਡੀ ਜੇ ਹੁਣ 1500-2000 ਮੈਗਾਵਾਟ ਦੀ ਡਿਮਾਂਡ ਇਸ ਸੀਜ਼ਨ ਡਿੱਗ ਗਈ ਹੈ ਅਗਲੇ ਸੀਜ਼ਨ ਤਾਂ ਡਿਮਾਂਡ ਹੋਰ ਵਧਣੀ ਹੈ ਕਿਉਂਕਿ ਐਵਰੀ ਈਅਰ ਸੀਜ਼ਨ ਇਹ ਡਿਮਾਂਡ 'ਚ ਇਨਕਰੀਜ਼ ਆ ਰਹੀ ਹੈ ਔਰ ਅਸੀਂ ਜੋ ਆਪਦੀ ਪਲੈਨਿੰਗ ਕੀਤੀ ਸੀ
पांच साल अगे वेख के करती सी कि प्रॉब्लम ना आवे, तुसी वेखो हुण तक नहीं आई, मगर हुण अगला समा केवल ते केवल प्रॉब्लम दा ही होना, क्योंकि मौजूदा कांग्रेस दी सरकार ने आपदी कुर्सी बचाउण दा सरकार बचाउण दा काम कीता, कुछ भी है जा एक यूनिट ऐड नहीं कीता जिहदे नाल आउण वाले समय दी डिमांड मीट हो सके, और जान बुझ के ये हालात पैदा किए कि सानू आपदी खजाना, क्योंकि मैं पहला कहा कि फाइनैंशियल एमरजेंसी है, जिन्ना घट बिजली देनी पाऊगी, कागजां च 8 घंटे दिखाउणगे देणगे 4 घंटे, तो सुभाविक है फिर एग्रीकल्चर सबसिडी भी बच जू इन्हां दी। ये सारा कुछ एक रली मिली भुगत नाल शरारत नाल हो रहा, आ इन्हां दा लोग कंप्लेंट लैके जांदे आ। देखो बिजली महकमे वाले अफसरां दी मैं की गलती कढांगा, बिजली तो सरकार की प्लैनिंग का हिस्सा, वड्डे चेयरमैन का जां सरकार दे मुख्यमंत्री साहब का, यह हालात खबर निकली मोहाली च लगे लंबे बिजली दे कट, शिकायत केंद्र वाले ने DSP का भी नहीं चुकया फोन, स्क्रीनशॉट वायरल, मतलब कि पुलिस कोल चले गए कि जी साडी शिकायत दर्ज कर दिओ, और उन्हें DSP साहब ने फोन किए, आ सारिआं नूं फोन किए, किसी ने फोन नहीं चुके, और जे कुछ अज भी चले जाओ हुण भी चले जाओ कितने SDO JE वह तो बेचारे डरते मारे आपदे छड के दफ्तर चले गए कि अहीं की कर देंगे, और उन्हां दी मैं गलती भी की कड्डा, बिजली की सप्लाई तो पिछों आनी है, सरकार ही जब फेल हो गई तो उन्होंने की कर दिया, और अज ये अपील करती जिहड़ा मैं कहा इंडस्ट्री बंद कर दिओ तो सारा कुछ बंद कर दिओ। इस तरह मैं कह सकता कि पहली बारी होया कि साढ़े समय से तो कोई कट सी नहीं, अज आ खबर की खबर भी लाती किसी ने कि 9 साल बाद लगे आ कट लगन शुरू होए, नहीं तो पहला कदे कट ही नहीं लगते, आने लाने कट। इस तरह और शरारत एक होर वेखो कि जबरदस्त हो रही है, डीजल का अज रेट की है 91 रुपए रेट हो गया, और डीजल पेट्रोल से जिमें जिमें रेट वधदा है, दो सरकारां नूं इहदा वड्डा फायदा पहुंचदा, एक पासे दा पंजाब सरकार दिल्ली दी सरकार नूं केंद्र दी भाजपा दी सरकार नूं कोसदी है, मगर वह सिर्फ कागजी कोसना है, क्योंकि वड्डा ये अंदरों खुश होंदे आ, क्योंकि जदों रेट वधदा है इन्हां दी वैट कलैक्शन वधदी है, अज 30-30 रुपए तो 15-15 रुपए तो 30-30 रुपए एक लीटर पिछे ये कमाई कर रही है, और हजारा करोड़ रुपया हर महीने कमाई कर रहे, और बोझ कित्थे पै रहा सारा, वो सीधे किसान ते पै रहा, वो सीधे ट्रांसपोर्टर ते पै रहा, ट्रांसपोर्टर ते पैना मतलब इनफ्लेशन वधूगी, और राहुल गांधी जी वड्डे वड्डे बयान छड़ दिंदे आ, मगर की तुसी वैट कलैक्शन आपदे सूबे च जिस सब तो महंगा डीजल पेट्रोल जो आंढ़ी गुआंढ़ी सूबिआं चों वेखीए, तुसी वैट घटाउण वास्ते जां रेटा घटाउण वास्ते की कदम चुके, कुछ नहीं। कहण दा भाव कि केंद्र दी सरकार ते पंजाब दी कांग्रेस दी सरकार रल के अज किसानां नूं मारन दा यतन कर रही है, और श्रोमणी अकाली दल ने यह मन बनाया कि असी हर जगह जिथे जिथे प्रॉब्लम आ रही है, असी कल भी साढ़े मुक्तसर जिले ने ते होर जगह च अज खन्ने च वख वख थावां ते धरने लग रहे, असी बड़ी जल्द जे यही हालात रहे और सरकार ने कोई फाइनैंशियल पैकेज किसानों वास्ते नहीं ऐलानिया छेती, क्योंकि बोझ उन्हां ते पै रहा, अगे वह इस गल की मारते है कि उन्हां नूं झोने कणक का रेट सही नहीं मिलता जिन्ना खर्चा आता, और नाल पंजाब सरकार उन्हां नूं मार रही है, जे इहदे च सही उपराले नहीं किए गए जल्द असी इन्हां दे वजीरां दा ते मुख्यमंत्री का भी इस गल का घराओ करांगे कि अज पंजाब च एडा वड्डा कोलैप्स होया ऑफ ऑल गवर्नेंस, और जो एमरजेंसी लग गई है फाइनैंशियल एमरजेंसी तो बाद सरकार ICU च पई है, और अज बिजली की एमरजेंसी भी। पंजाब का दुख, पंजाब के मंदड़े हाल, सरकार की कारगुजारी वो तुहाड़े सारे दे सामने उन्होंने बड़े विस्तार नाल जिक्र किया, और सब तो वड्डी गल है कि असी उस सरकार तो बत्ती दी बिजली दी पावर दी आस रखते हैं जिंदी आपकी बत्ती गुल हुई पई, तुहाडे सारे सामने ही है जो पंजाब के हालात बने पे ने, कोई वाली वरसी है नहीं,
और दूसरे पन्ने जी सब तो वड्डी गल है कि तुसीं देखिया होना कि जो 2007 च सरदार प्रकाश सिंह बादल होरां ने सरकार संभाली सी तो उस समय भी जिहड़े अण अलाने कट सीगे और पंजाब दे अंदर जो बिजली सप्लाई दे हालात सीगे वह किसे नूं ओला नहीं सीगा, तरह तरह हुंदी सीगी। और इत्थों तक कि जिहड़ा पंजाब दा बहुत वड्डी गिनती जिहड़े किसान जिहड़े खेतां च रहिंदे सी उन्हां नूं किसे तरह की उस समय सप्लाई है नहीं सी। ਇਹ ਵੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਉਹਨਾਂ ਨੂੰ 24 ਘੰਟੇ ਡੇਰਿਆਂ ਤੇ ਢਾਣੀਆਂ ਤੇ ਜਿਹਨਾਂ ਨੂੰ ਅਸੀਂ ਬਹਿਕਾਂ ਵੀ ਕਹਿ ਦਿੰਦੇ ਹਾਂ, ਇੱਕ ਬੜੀ ਵੱਡੀ ਆਬਾਦੀ ਨੂੰ ਜਿਹੜੀ ਹੈ ਉਹ ਬੱਤੀ ਜਿਹੜੀ ਹੈ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਸਟਾਰਟ ਹੋਈ, ਇੱਕ ਤਰ੍ਹਾਂ ਦਾ ਨਵਾਂ ਬੋਝ ਪਿਆ। ਪਰ ਤੁਸੀਂ ਦੇਖੋ ਕਿ ਜਦੋਂ ਤੋਂ ਅਸੀਂ ਯਤਨ ਕੀਤੇ ਔਰ ਜਿਹੜਾ ਵਾਅਦਾ ਕੀਤਾ ਸੀਗਾ ਕਿ ਅਸੀਂ ਪੰਜਾਬ ਨੂੰ ਪਾਵਰ ਸਰਪਲਸ ਕਰਾਂਗੇ, ਵਾਧੂ ਬਿਜਲੀ ਵਾਲਾ ਸੂਬਾ ਬਣਾਵਾਂਗੇ ਤੇ ਬਣਾਇਆ। ਮੈਂ 2007 ਤੋਂ 2012 ਵਾਲੀ ਸਰਕਾਰ ਦੇ ਵਿੱਚ ਵੀ ਦਾਅਵਾ ਕਰ ਸਕਦਾ, ਪਰ 2012 ਤੋਂ ਲੈ ਕੇ 17 ਤੱਕ ਇੱਕ ਦਿਨ ਦਾ ਇੱਕ ਘੰਟੇ ਦਾ ਕੋਈ ਕੱਟ ਦਿਖਾ ਦੇ। ਹਾਂ, ਕੋਈ ਵੱਖਰੀ ਗੱਲ ਕਿ ਕਿਸੇ ਕੋਈ ਨੁਕਸ ਪੈ ਗਿਆ ਹੋਵੇ, ਕੋਈ ਹਨੇਰੀ ਆ ਗਈ ਹੋਵੇ, ਕੋਈ ਤੂਫਾਨ ਆ ਗਿਆ ਹੋਵੇ, ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਲਾਈਨਾਂ ਦੇ ਵਿੱਚ ਫਰਕ ਪੈ ਗਿਆ ਹੋਵੇ, ਜਿਹੜੀ ਸਪਲਾਈ ਹੈ ਨਿਰਵਿਘਨ ਜਿਹੜੀ ਹੈ ਉਹ ਸਾਹਿਬ ਪ੍ਰਕਾਸ਼ ਸਿੰਘ ਬਾਦਲ ਵੱਲੋਂ, ਸਾਹਿਬ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਵੱਲੋਂ 24 ਘੰਟੇ ਪੰਜਾਬ ਦੇ ਲੋਕਾਂ ਨੂੰ ਮਿਲਦੀ ਰਹੀ। ਥਰਮਲ ਪਲਾਂਟ ਵੀ ਉਹੀ ਸੀਗੀ। ਔਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ, ਸਰਦਾਰ ਬਿਕਰਮ ਸਿੰਘ ਮਜੀਠੀਆ ਉਸ ਵਿਭਾਗ ਦੇ ਮੰਤਰੀ ਰਹੇ ਨੇ ਜਿਨ੍ਹਾਂ ਨੇ ਬੜੇ ਵੱਡੇ ਪੱਧਰ 'ਤੇ ਜਿਹੜੀ ਆ ਸੋਲਰ ਐਨਰਜੀ ਜਿਹੜੀ ਸੂਰਜੀ ਬਿਜਲੀ ਆ ਉਹਦਾ ਉਤਪਾਦਨ ਕੀਤਾ। ਔਰ ਮੇਰਾ ਖਿਆਲ ਕਿ ਪੂਰੇ ਹਿੰਦੁਸਤਾਨ ਦੇ ਵਿੱਚੋਂ ਇਹਨਾਂ ਨੂੰ ਸ਼ਾਇਦ ਅਵਾਰਡ ਵੀ ਮਿਲਿਆ ਕਿ ਜਿਹੜੀ ਸੋਲਰ ਐਨਰਜੀ ਜਿਹੜੀ ਆ ਪੰਜਾਬ ਨੇ ਪੈਦਾ ਕੀਤੀ, ਹਾਈਡਲ ਪ੍ਰੋਜੈਕਟ ਲਾਏ ਜਿਹੜੇ ਆ। ਔਰ ਜਿੱਥੋਂ ਤੱਕ ਥਰਮਲ ਪਲਾਂਟਾਂ ਦੀ ਗੱਲ ਹੈ ਉਹ ਵੱਡੇ ਪੱਧਰ 'ਤੇ ਲਾ ਕੇ ਜਿਹੜਾ ਸੂਬੇ ਨੂੰ ਸਰਪਲਸ ਕੀਤਾ ਗਿਆ, ਪਾਵਰ ਸਰਪਲਸ ਕੀਤਾ ਗਿਆ, ਤੁਸੀਂ ਦੱਸ ਦਿਓ 2002 ਤੋਂ ਲੈ ਕੇ 7 ਤੱਕ ਕੈਪਟਨ ਅਮਰਿੰਦਰ ਸਿੰਘ ਨੇ 1 ਵੀ ਯੂਨਿਟ ਬਿਜਲੀ ਦਾ ਪੈਦਾ ਕੀਤਾ? 2017 ਤੋਂ ਲੈ ਕੇ ਹੁਣ 21 ਦਾ ਅੱਧ ਆ ਗਿਆ, 4.5 ਸਾਲਾਂ 'ਚ 1 ਯੂਨਿਟ ਪੈਦਾ ਕੀਤਾ? ਜਿਹੜੀ ਸਰਕਾਰ ਪੈਦਾ ਹੀ ਨਹੀਂ ਕਰ ਸਕਦੀ ਉਹਦੇ ਤੋਂ ਆਸ ਕਾਹਦੀ ਰੱਖਣੀ? ਔਰ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਦੇਖੋ ਕਿ ਕਿਸਾਨ ਜਥੇਬੰਦੀਆਂ ਨੇ ਵੀ ਕਹਿਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਚਾਹੇ ਪਿਛਲੀ ਸਰਕਾਰ ਸੀ ਤੇ ਚਾਹੇ ਹੁਣ ਦੀ 4.5 ਸਾਲ ਦੀ ਸਰਕਾਰ ਹੈ, 1 ਵੀ ਟਿਊਬਵੈੱਲ ਕਨੈਕਸ਼ਨ ਜਿਹੜਾ ਕਿਸਾਨਾਂ ਨੂੰ ਅਲਾਟ ਨਹੀਂ ਕੀਤਾ ਗਿਆ, ਜਿਹੜਾ ਕਿ ਕਿਸਾਨ ਦਾ ਹੱਕ ਬਣਦਾ ਹੈ। ਤੇ ਕਿਸਾਨ ਨੂੰ ਜੇ ਲੱਖਾਂ ਟਿਊਬਵੈੱਲ ਕਨੈਕਸ਼ਨ ਦਿੱਤੇ ਤੇ 2007 ਤੋਂ ਲੈ ਕੇ 17 ਤੱਕ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਦਿੱਤੇ। ਔਰ ਜਿਸ ਤਰ੍ਹਾਂ ਮਜੀਠੀਆ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ ਕਿ ਪਾਵਰ ਕਿਉਂ ਨਹੀਂ ਦਿੱਤੀ ਜਾ ਰਹੀ, ਇਸ ਕਰਕੇ ਨਹੀਂ ਦਿੱਤੀ ਜਾ ਰਹੀ ਕਿ ਕਿਸਾਨ ਡੀਜ਼ਲ ਫੂਕਣ, ਇੱਕ ਤੇ ਉਧਰੋਂ ਪੈਸਾ ਬਚੂਗਾ ਕਿ ਕਿਸਾਨਾਂ ਨੂੰ ਬਿਜਲੀ ਨਹੀਂ ਦੇਣੀ ਪਊਗੀ, ਤੇ ਦੂਸਰੇ ਪਾਸੇ ਜਿਹੜਾ ਹੈ ਡੀਜ਼ਲ ਫੂਕ ਕੇ ਆਪਦੀ ਫਸਲ ਨੂੰ ਪਾਲਣ, ਤੇ ਜਿੰਨਾ ਵੱਧ ਡੀਜ਼ਲ ਫੂਕਣਗੇ ਉਨਾ ਜਿਹੜਾ ਵੱਧ ਵੈਟ ਹੈ, ਟੈਕਸ ਕਲੈਕਸ਼ਨ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗੀ। ਏਡੀ ਵੱਡੀ ਨਿਰਗਤੀ, ਏਡਾ ਵੱਡਾ ਗੁਨਾਹ, ਏਡਾ ਵੱਡਾ ਪਾਪ, ਏਡਾ ਵੱਡਾ ਧਰੋਹ ਪੰਜਾਬ ਦੀ ਕਿਸਾਨੀ ਦੇ ਨਾਲ। ਪੰਜਾਬ ਦੀ ਆਰਥਿਕਤਾ ਨੂੰ ਬਚਾਉਣ ਦੀ ਲੋੜ ਹੈ, ਸਾਡੀ ਜਿਹੜੀ ਆਰਥਿਕਤਾ ਖੇਤੀ 'ਤੇ ਆਧਾਰਿਤ ਹੈ, ਤੇ ਜੇ ਖੇਤੀ ਤਬਾਹ ਕਰ ਲਈ, ਜੇ ਤੁਹਾਡੇ ਮਨਸੂਬੇ ਇਹੀ ਹੈ ਕਿ ਅਸੀਂ ਪੰਜਾਬ ਦਾ ਖਜ਼ਾਨਾ ਭਰਨਾ ਆ, ਤੇ ਪੰਜਾਬ ਦੇ ਖਜ਼ਾਨੇ ਦੇ ਭਰਨ ਲਈ ਤੁਸੀਂ ਇੱਥੋਂ ਤੱਕ ਚਲੇ ਜਾਓਗੇ, ਇੰਨਾ ਗਰਟ ਜਾਓਗੇ, ਫਿਰ ਤਾਂ ਰੱਬ ਹੀ ਰੱਖਣ। ਮੈਂ ਤਾਂ ਕਰ ਰਿਹਾ ਨਾ ਜੀ ਬੇਨਤੀ, ਦੇਖੋ ਸਰਕਾਰ ਦੀ ਲੋਕਾਂ ਪ੍ਰਤੀ ਕੋਈ ਜਾਗਰੂਕਤਾ ਹੀ ਨਹੀਂ। ਜੋ ਲੋਕ ਇਹ ਸਰਕਾਰ ਨੂੰ ਚੁਣਦੇ ਆ ਉਹ ਉਹਨਾਂ ਨੇ ਇਸ ਲਈ ਚੁਣੀ ਸੀ ਕਿ ਇਹ ਸਰਕਾਰ ਸਾਡਾ ਧਿਆਨ ਰੱਖੂਗੀ, ਪਹਿਰਾ ਦਊਗੀ, ਤੇ ਅਸੀਂ ਆਰਾਮ ਨਾਲ ਆਪਦੇ ਕੰਮਾਂ ਕਾਜਾਂ ਚੋਂ ਕੰਮ ਕਰਕੇ ਆਪਦੇ ਬੱਚਿਆਂ ਦਾ ਸਾਂਭ ਸੰਭਾਲ ਕਰਾਂਗੇ। ਕੰਮ ਹੋ ਗਿਆ ਉਲਟ, ਲੋਕ ਨੇ ਸੜਕਾਂ ਤੇ 45 ਡਿਗਰੀ ਤੇ ਧੁੱਪ 'ਚ ਬਾਹਰ ਬਹਿਣਾ ਔਖਾ, ਰਾਤ ਸੜਕਾਂ ਤੇ ਕੱਟ ਰਹੇ ਆ, ਦਿਨ ਸੜਕਾਂ ਤੇ ਕੱਟ ਰਹੇ ਆ, ਤੇ ਵਜ਼ੀਰ ਏਸੀ ਛੱਡ ਕੇ ਬੈਠੇ ਆ ਔਰ ਆਰਡਰ ਕਢਾ ਰਹੇ ਆ ਕਿ ਦਫ਼ਤਰਾਂ ਦੀ ਬਿਜਲੀ ਬੰਦ ਕਰ ਦਿਓ, ਸਰਕਾਰੀ ਦਫ਼ਤਰਾਂ ਦੀ ਕਰ ਦਿਓ, ਵੱਡੇ ਦਫ਼ਤਰਾਂ ਦੀ ਕਰ ਦਿਓ, ਹੋਟਲਾਂ ਦੀ ਕਰ ਦਿਓ, ਤੇ ਤੁਸੀਂ ਆਪ ਤਾਂ ਹੁਣ ਉੱਥੋਂ ਆਰਡਰ ਆ ਰਿਹਾ। ਦੂਜੇ ਪਾਸੇ ਕਪਤਾਨ ਸਾਹਿਬ ਦੇ ਮਹੱਲ 'ਚ ਉਹਦੇ ਦੇਖ ਹੀ ਲਿਆ, ਏਸੀ ਵੀ ਛੱਡੇ ਹੋਏ ਆ ਤੇ 5-star ਰੋਟੀ ਵੀ ਚੱਲ ਰਹੀ ਹੈ। ਇਹ ਸਪਸ਼ਟ ਹੋ ਰਿਹਾ, ਸਪਸ਼ਟ ਹੋ ਰਿਹਾ ਕਿ ਲੋਕਾਂ ਦੀ ਕੋਈ ਪਰਵਾਹ ਨਹੀਂ। ਲੋਕ ਜਾਣ ਜਿੱਥੇ ਮਰਜ਼ੀ ਠੱਟੇ ਖੂਹ 'ਚ ਜਾਣ, ਸਾਨੂੰ ਪਰਵਾਹ ਹੀ ਕੋਈ ਨਹੀਂ। ਕਾਂਗਰਸ ਦਾ ਐਟੀਟਿਊਡ ਇਹ ਹੋ ਗਿਆ, ਲੋਕ ਤਰਸ ਰਹੇ ਆ, ਰੋਜ਼ ਧਰਨਾ ਲੱਗਦਾ ਟੀਚਰਾਂ ਦਾ, ਰੋਜ਼ ਧਰਨਾ ਲੱਗਦਾ ਮੁਲਾਜ਼ਮਾਂ ਦਾ, ਰੋਜ਼ ਧਰਨਾ ਲੱਗ। ਹੁਣ ਇਹ ਤਾਂ ਸਭ ਤੋਂ ਸਿੰਪਲ ਪਲੈਨਿੰਗ ਦਾ ਹਿੱਸਾ, ਪੰਜਾਬ 'ਚ ਕੋਈ ਝੋਨਾ ਪਹਿਲੀ ਵਾਰੀ ਤਾਂ ਨਹੀਂ ਲੱਗ ਰਿਹਾ, ਹਰ ਸਾਲ ਦਾ ਹੀ ਕੰਮ ਹੈ। ਔਰ ਇਹ ਪਤਾ ਹੀ ਹੈ ਕਿ ਇਹ ਸਮੇਂ ਡਿਮਾਂਡ ਵੱਧਦੀ ਹੈ,
दिस इज सिंपल प्लानिंग, मगर क्योंकि खजाना मंत्री और ए मिनिस्टर पावर दे और सरकार ए दो खेड खेडना चाहती सी, एक कि सबसिडी बचा लो, पैसे बचा लो, लोग मर जान मगर तुसी आपदा कह दो कि अहीं तां बहुत वधिया जी फाइनैंशियल सिचुएशन रखी, और दूजी वैट की कलैक्शन वध जू ते साडे खजाने भर जाणगे भावे लोग ते सौ वारी बोझ पै जाए। बिल्कुल उन्हां नूं परवाही, तुहानूं लगदा जी किसे मंत्री नूं किसे जिहड़ा किसे नूं लाउणा चाहुंदा मुख्यमंत्री की कुर्सी ते जां कोई चढ़ना चाहुंदा मुख्यमंत्री की कुर्सी ते उन्हां नूं लोकां दी परवाह है? ਤੁਹਾਨੂੰ ਲੱਗ ਰਿਹਾ ਕਿੱਥੇ ਵੀ ਚੇਅਰਮੈਨੀ ਨੌਕਰੀ ਦਾ ਖੇਡ ਚੱਲ ਰਿਹਾ? ਕੌਣ ਵਜ਼ੀਰ ਬਣ ਜੇ, ਕੌਣ ਡਿਪਟੀ ਸੀਐਮ ਬਣ ਜੇ, ਕੌਣ ਪ੍ਰਧਾਨ ਬਣ ਜੇ, ਇਸ ਗੱਲ ਦਾ ਖੇਡ ਚੱਲ ਰਿਹਾ? ਲੋਕਾਂ ਦੀ ਪਰਵਾਹੀ ਕੋਈ ਨਹੀਂ। ਔਰ ਪੰਜਾਬ ਦਾ ਜਿਹੜਾ ਨੁਕਸਾਨ ਇਹਨਾਂ ਨੇ ਕਰ ਦੇਣਾ, ਮੈਂ ਫੇਰ ਦੱਸ ਦਿਆਂ ਜਿਵੇਂ 2002 ਤੇ 7 ਦੇ ਜੋ ਹਾਲ ਕਾਇਦਾ ਕੀਤੇ ਸੀ, ਅੱਜ ਇਹ ਤੋਂ ਵੀ ਮਾੜੇ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੇ ਕਰਤੇ ਆ। ਪਿਛਲੀ ਵਾਰੀ ਤਾਂ 10 ਸਾਲ, ਮੈਨੂੰ ਲੱਗਦਾ ਹੁਣ 15 ਸਾਲ ਲਈ ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਦੇਖੋ ਜੋ ਪਿੰਡਾਂ ਦੀ, ਬਿਲਕੁਲ ਤੁਸੀਂ ਗੱਲ ਠੀਕ ਕੀਤੀ, ਪਿੰਡਾਂ ਚ ਕੀ ਕਹਿੰਦੇ ਆ, ਪਹਿਲਾਂ ਤਾਂ ਇੱਕ ਟਾਈਮ ਦੱਸ ਦਿੰਦੇ ਕਿ ਇੰਨੇ ਵਜੇ ਬੱਤੀ ਆਉ, ਆਉਂਦੀ ਨੀ, ਬੰਦਾ ਉਡੀਕਦਾ ਰਹਿੰਦਾ ਜਾ ਕੇ ਬੰਬੀ ਤੇ ਬਹਿ ਕੇ ਕਿ ਹੁਣ ਆਈ ਹੁਣ ਆਈ ਹੁਣ ਆਈ, ਉਹ ਸਾਰਾ ਦਿਨ ਉਹਦੀ ਦਿਹਾੜੀ ਉਹ ਉਡੀਕ 'ਚ ਹੀ ਨਿਕਲ ਜਾਂਦੀ। ਫਿਰ ਉਹ ਛੱਡਦੇ ਆ ਔਰ 3-4 ਘੰਟਿਆਂ ਵੱਧ, 3 ਤੋਂ 4 ਘੰਟੇ ਆ ਰਹੀ ਹੈ ਜੀ ਵੱਧ ਤੋਂ ਵੱਧ ਕੋਈ ਗ੍ਰਿੱਡ ਹੋਣਾ ਜਿੱਥੇ 4.5 ਘੰਟੇ, ਉਹ ਤੋਂ ਵੱਧ ਤਾਂ ਮਤਲਬ ਹੀ ਕੋਈ ਨਹੀਂ, ਔਰ ਫਿਰ ਆਪੇ ਕੱਟ ਦਿੰਦੇ ਆ। ਔਰ ਇਸੇ ਲਈ, ਔਰ ਜਦ ਕੱਟ ਦਿੰਦੇ ਫਿਰ ਮੈਸੇਜ ਪਾ ਦਿੰਦੇ, ਉਹਨੂੰ ਬੰਦੇ ਕਿੱਡੇ ਖੱਜਲ ਖੁਆਰ ਹੋ ਰਹੇ ਆ ਖੇਤਾਂ 'ਚ, ਉਹਦਾ ਹਿਸਾਬ ਕਿਤਾਬ ਹੀ ਕੋਈ ਨਹੀਂ। ਤੁਸੀਂ ਘਰਾਂ 'ਚ ਜਾਓ 10-12 ਘੰਟੇ, ਕਹਿੰਦੇ ਜੀ ਰੋਜ਼ ਦਾ ਹੀ ਕੰਮ ਹੈ, 5-7 ਘੰਟੇ ਦਿਨ 'ਚ ਅਤੇ 5-7 ਘੰਟੇ ਸ਼ਾਮ ਤੋਂ ਲੈ ਕੇ ਰਾਤ ਨੂੰ, ਅਤੇ ਹਾਲਾਤ ਖਾਣ ਸੌ ਜੀ, ਜਿਹੜੇ ਬੰਦੇ ਨੂੰ 2 ਵਕਤ ਦੀ ਮਤਲਬ ਸੌਖਾ ਸੌ ਨਹੀਂ ਸਕਦਾ, ਉਹ ਉਹਨੇ ਰੋਟੀ ਦੀ 2 ਵਕਤ ਦੀ ਕਿੱਥੋਂ ਕਮਾਈ ਕਰਨੀ, ਉਹ ਤਾਂ ਇਸੇ ਕੰਮ 'ਚ ਉਲਝਿਆ ਪਿਆ। ਹੁਣ ਉਹ ਇਹ ਹਾਲਾਤ ਪੈਦਾ ਹੋ ਗਏ ਕਿ ਜਾ ਕੇ ਸੜਕ 'ਤੇ ਬਹਿ ਗਏ। ਅਸੀਂ ਕੱਲ੍ਹ ਧਰਨਾ ਰੱਖਿਆ ਜੀ, 2 ਘੰਟੇ ਦਾ ਸਾਡਾ ਕੱਲ੍ਹ ਇੱਕ ਧਰਨਾ ਰੱਖਿਆ, ਔਰ ਮੈਂ ਫੇਰ ਕਹਿ ਦਿਆਂ ਇਹ ਸਰਕਾਰ ਨੂੰ ਜਗਾਉਣ ਲਈ ਰੱਖਿਆ। ਨਾਲ ਹੀ ਮੈਂ ਜਿਹੜੀ ਪਹਿਲਾਂ ਡਿਮਾਂਡ ਕੀਤੀ ਆ ਕਿ ਇੱਕ ਤਾਂ ਇਮੀਜੀਏਟਲੀ ਸਰਕਾਰ ਫਾਈਨੈਂਸ਼ੀਅਲ ਪੈਕੇਜ ਐਲਾਨੇ ਕਿਸਾਨਾਂ ਵਾਸਤੇ, ਕਿਉਂਕਿ ਜਿਹੜਾ ਡੀਜ਼ਲ ਫੂਕ ਰਿਹਾ ਉਹਨੂੰ ਬੋਝ ਪੈ ਜਾਣਾ ਵੱਧ। ਅਸੀਂ ਜੋ ਕੈਲਕੂਲੇਸ਼ਨ ਰਫ ਕੀਤੀ ਹੈ ਕਿ ਜਿੰਨਾ ਝੋਨਾ ਲੱਗਦਾ ਉਹਦੇ ਹਿਸਾਬ ਨਾਲ 2.5-3.5 ਹਜ਼ਾਰ ਕਰੋੜ ਦਾ ਬੋਝ ਪੈ ਜਾਣਾ। ਇਮੀਜੀਏਟਲੀ ਫਾਈਨੈਂਸ਼ੀਅਲ ਪੈਕੇਜ ਐਲਾਨੋ। ਦੂਜੀ ਗੱਲ, ਜੋ ਬੱਤੀ ਦੀ ਤੁਹਾਡੀ ਘਾਟ ਹੈ, ਤੁਹਾਡਾ ਕਿਉਂਕਿ ਫੇਲ ਹੋ ਗਿਆ ਪ੍ਰਬੰਧ, ਉਹਨੂੰ ਸਹੀ ਕਰੋ, ਔਰ ਨਾਲ ਦੀ ਨਾਲ ਜਿਹੜੀ ਕਮਾਈ ਤੁਸੀਂ ਡੀਜ਼ਲ ਤੋਂ ਵੈਟ ਦੇ ਰੂਪ 'ਚ ਕਰ ਰਹੇ ਹੋ ਜਾਂ ਪੈਟਰੋਲ ਦੇ ਰੂਪ 'ਚ ਵੈਟ 'ਚੋਂ ਕਮਾਈ ਕਰ ਰਹੇ ਹੋ, ਉਹਨੂੰ ਇਮੀਜੀਏਟਲੀ 10-12 ਰੁਪਏ ਦੀ ਉਹਨੇ ਰਾਇਤ ਦਿਓ ਕਿ ਲੋਕ ਸੌਖੇ ਹੋਣ। ਔਰ ਜਿਹੜਾ ਇਹ ਐਲਾਨ ਹੈ ਕਿ ਸਰਕਾਰੀ ਦਫ਼ਤਰ ਬੰਦ, ਕਾਰਖਾਨੇ ਬੰਦ, ਸਾਰੇ ਜਿੱਥੇ ਵੱਡੇ ਏਸੀ ਵਰਤੇ ਜਾਂਦੇ ਉਹ ਬੰਦ, ਉਹ ਫੈਸਲੇ ਨੂੰ ਵਾਪਸ ਲਓ, ਕਿਉਂਕਿ ਲੋਕਾਂ ਦੇ ਤਾਂ ਅੱਗੇ 2 ਸਾਲ ਕਾਰੋਬਾਰ ਠੱਪ ਰਹੇ। ਡਾਕਟਰ ਹੜਤਾਲ ਤੇ ਨੇ, ਕਿਸਾਨ ਸੜਕਾਂ ਤੇ ਟੀਚਰਾਂ ਨੂੰ ਕੁੱਟਿਆ ਜਾ ਰਿਹਾ, ਡੀਸੀ ਦਫ਼ਤਰਾਂ ਦੇ ਸਾਰਾ ਮੁਲਾਜ਼ਮ ਹੜਤਾਲ ਤੇ, ਤੁਸੀਂ ਵੀ ਸਮਝਦੇ ਹੋ ਪੰਜਾਬ ਨੂੰ ਸਰਕਾਰ ਨੇ ਲਵਾ ਦਿੱਤਾ? ਦੇਖੋ ਤੁਸੀਂ ਇੱਕ ਵਿੰਗ ਭੁੱਲ ਗਏ, ਮਿਨਿਸਟਰੀਅਲ ਸਟਾਫ ਜਿਹੜਾ ਇੱਕ ਮੰਤਰੀ ਦੇ ਨਾਲ ਹੁੰਦਾ ਜਾਂ ਮੁੱਖ ਮੰਤਰੀ ਦੇ ਨਾਲ ਸਟਾਫ ਤੇ, ਉਹ ਵੀ ਨਹੀਂ ਸੌਖਾ ਇਹਨਾਂ ਤੋਂ, ਉਹ ਵੀ ਹੜਤਾਲ ਤੇ ਹੈ। ਸਰਕਾਰ ਮੈਂ ਬਾਰ ਬਾਰ ਦੱਸਦਿਆਂ ICU 'ਚ ਹੈ, ਹੁਣ ਤਾਂ ਇਹ ਹਾਲਾਤ ਹੋ ਗਏ, ਪਹਿਲਾਂ ਤਾਂ ਆਪਾਂ ਸੁਣਦੇ ਸੀ ਨਾ ਕਿ ਕਰੋਨਾ ਕਾਲ 'ਚ ਆਕਸੀਜਨ, ਇਹਨਾਂ ਨੂੰ ਆਕਸੀਜਨ ਦੀ ਲੋੜ ਹੈ, ਤਾਂ ਮੈਨੂੰ ਲੱਗਦਾ ਕਾਂਗਰਸ ਕੋਲ ਆਈ ਨਹੀਂ ਇਹਨਾਂ ਨੂੰ ਕੋਈ ਆਕਸੀਜਨ ਜਾਂ ਪਾਵਰ ਸਪਲਾਈ ਦੇਣ ਦੀ, ਇਹਨਾਂ ਨੂੰ ਇਕੱਲੀ ਆਪਦੀ ਪਾਵਰ ਦੀ ਪਈ ਹੈ ਕਿ ਮੈਨੂੰ ਆਹ ਕੁਰਸੀ ਮਿਲ ਜਾਵੇ, ਮੈਨੂੰ ਉਹ ਕੁਰਸੀ, ਲੋਕਾਂ ਨੂੰ ਪਾਵਰ ਮਿਲ ਨਹੀਂ ਰਹੀ। ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ, ਟਰਾਂਸਫਾਰਮਰ ਜਿਹੜੇ ਬੰਬੀਆਂ ਦੇ ਜਿਹੜੇ ਟਿਊਬਲਾਂ ਦੇ ਨੇ, ਉਹ ਸੜਦੇ ਰਹਿੰਦੇ ਆ, ਉਹ ਫਿਰ ਜਿਹੜਾ ਹੈ ਮਹਿਕਮੇ ਦਾ ਕੰਮ ਹੁੰਦਾ ਹੈ ਉਹਨੂੰ ਰਿਪਲੇਸ ਕਰਨਾ, ਇਮੀਡੀਏਟ ਰਿਪਲੇਸ ਕਰਨਾ। ਵੀ ਕਿਸਾਨ ਜਾ ਕੇ ਸਟੋਰ 'ਚ ਜਮ੍ਹਾਂ ਕਰਾਉਂਦਾ ਹੈ ਮੁਲਾਜ਼ਮਾਂ ਦੇ ਰਾਹੀਂ, ਅਤੇ ਤੁਰਤ ਉਹਨੂੰ ਜਿਹੜਾ ਅਗਲੇ ਬੰਨੇ ਟਰਾਂਸਫਾਰਮਰ ਦਿੱਤਾ ਜਾਏ ਤਾਂ ਕਿ ਉਹਦੀ ਪੈਡੀ ਦਾ, ਉਹਦੇ ਝੋਨੇ ਦਾ, ਉਹਦੀ ਜੀਰੀ ਦਾ ਨੁਕਸਾਨ ਨਾ ਹੋ ਸਕੇ। 20-20 ਦਿਨ ਹੋ ਗਏ ਹੈ ਲੋਕਾਂ ਨੂੰ ਜਮ੍ਹਾਂ ਕਰਾਇਆ, ਅਤੇ ਕਿਸੇ ਤਰ੍ਹਾਂ ਦੀ ਪਿੱਛੋਂ ਜਿਹੜੀ ਸਪਲਾਈ ਹੈ, ਜਿਹੜੇ ਬਿਜਲੀ ਬੋਰਡ ਦੇ
ਪਾਵਰ ਕਾਰਪੋਰੇਸ਼ਨ ਦੇ ਸਟੋਰ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਪਲਾਈ ਹੈ ਨਹੀਂ ਤੇ ਜਦੋਂ ਉਹਨਾਂ ਨੂੰ ਸਪਲਾਈ ਹੈ ਨਹੀਂ ਅੱਗੇ ਕਿਸਾਨਾਂ ਨੂੰ ਜਿਹੜੇ ਆ ਸੜੇ ਹੋਏ ਟਰਾਂਸਫਾਰਮਰ ਦੀ ਜਗ੍ਹਾ ਤੇ ਕੋਈ ਟਰਾਂਸਫਾਰਮਰ ਨਹੀਂ ਮਿਲਿਆ ਤੇ ਜਿਹੜੇ ਕਿਸਾਨਾਂ ਦਾ ਟਰਾਂਸਫਾਰਮਰ ਸੜ ਗਿਆ ਤੇ ਜਿਹੜੇ ਉਹਦੇ ਉੱਤੇ ਟਿਊਬਲ ਨਿਰਭਰ ਕਰਦੇ ਨੇ ਸਮਝ ਲਓ ਉਹਨਾਂ ਦੀ ਜਿਹੜੀ ਆ ਝੋਨਾ ਜਿਹੜਾ ਆ ਤਬਾਹ ਹੋ ਗਿਆ ਇੱਕ ਗੱਲ ਦੂਜੀ ਗੱਲ ਜਿਹੜੀ ਹੈ ਕਿ ਪਾਣੀ ਚਾਹੀਦਾ ਤੇ ਨਹਿਰੀ ਸਿਸਟਮ ਇਹ ਹੈ ਅਜੇ ਤੱਕ ਨਹਿਰਾਂ 'ਚ ਪਾਣੀ ਨਹੀਂ ਆਇਆ ਖਾਸ ਕਰਕੇ ਮਾਝੇ ਦੀਆਂ ਨਹਿਰਾਂ 'ਚ ਅੱਜ ਤੱਕ ਪਾਣੀ ਹੈ ਨਹੀਂ ਗਾ ਸੁੱਕੀਆਂ ਨਹਿਰਾਂ ਨੇ ਤੁਸੀਂ ਦੇਖੋ ਕਿ ਝੋਨਾ ਲਾਉਣ ਤੋਂ ਪਹਿਲਾਂ ਜਿਹੜਾ ਪਾਣੀ ਸਟਾਰਟ ਹੋ ਜਾਣਾ ਚਾਹੀਦਾ ਸੀਗਾ ਕੱਦੂ ਮਾਰਨੇ ਲੋਕਾਂ ਨੇ ਹੁਣ ਜਿਹੜੇ ਆ ਇੱਕ ਤਰ੍ਹਾਂ ਦੇ ਝੋਨੇ ਲਾਉਣ ਦਾ ਜਿਹੜਾ ਪੀਰੀਅਡ ਹੈ ਉਹ ਵੀ ਕੰਪਲੀਟ ਹੋ ਗਿਆ ਅਜੇ ਤੱਕ ਵੀ ਨਹਿਰਾਂ ਦੇ ਵਿੱਚ ਪਾਣੀ ਨਹੀਂ ਆਇਆ ਔਰ ਇਕੱਲੇ ਮਾਝੇ 'ਚ ਨਹੀਂ ਔਰ ਮਾਲਵੇ 'ਤੇ ਜਿਹੜਾ ਕਿ ਸਮੁੱਚੇ ਰੂਪ 'ਚ ਪਾਣੀ 'ਤੇ ਨਿਰਭਰ ਹੈ ਨਹਿਰੀ 'ਤੇ ਉੱਥੇ ਵੀ ਤਰ੍ਹਾਂ ਤਰ੍ਹਾਂ ਮੱਚੀ ਪਈ ਹੈ ਨਾ ਸਰਕਾਰ ਪਾਣੀ ਦੇ ਰਹੀ ਹੈ ਨਹਿਰੀ ਅਤੇ ਨਾ ਬੱਤੀ ਦੇ ਰਹੀ ਹੈ ਨਾ ਟਰਾਂਸਫਾਰਮਰ ਦੇ ਰਹੀ ਹੈ ਦੇਰੀ ਹੈ ਤੇ ਕੇਵਲ ਇਹ ਕਿ ਡੀਜ਼ਲ ਲਿਆਓ ਸਾਡੀ ਜੇਬ 'ਚ ਟੈਕਸ ਪਾਓ ਤੇ ਪੰਜਾਬ ਦਾ ਕਿਸਾਨ ਜਾਂਦਾ ਢੱਠੇ ਖੂਹ 'ਚ ਜਾਓ ਇੱਕ ਨਾ ਮੈਂ ਇੱਕ ਡਿਮਾਂਡ ਕਰਦਾ ਜੀ ਇੱਕ ਲਾਸਟ ਇੱਕ ਹੋਰ ਡਿਮਾਂਡ ਨੋਟ ਕਰਿਓ ਕਿ ਇਮੀਡੀਏਟ ਗਰਦਾਵਰੀ ਆਰਡਰ ਹੋਵੇ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਨੂੰ ਬੱਤੀ ਦੀ ਘਾਟ ਕਰਕੇ ਬਿਜਲੀ ਦੀ ਘਾਟ ਕਰਕੇ ਆਪਣੀ ਫਸਲ ਫੇਰ ਵਾਹੁਣੀ ਪੈ ਗਈ ਖੜੀ ਫਸਲ ਨੂੰ ਵਾਹੁਣਾ ਪੈ ਗਿਆ ਉਹਨਾਂ ਨੂੰ ਇਮੀਡੀਏਟਲੀ ਕੰਪਨਸੇਸ਼ਨ ਸਰਕਾਰ ਪਰ ਏਕੜ 20,000 ਰੁਪਈਆ ਇਮੀਡੀਏਟਲੀ ਦੇਵੇ ਔਰ ਆਹ ਮੈਂ ਤੁਹਾਨੂੰ ਤਸਵੀਰ ਪਟਿਆਲੇ ਜ਼ਿਲ੍ਹੇ ਦੀ ਵਿਖਾ ਦਿਆਂ ਆਹ ਪਟਿਆਲੇ ਜ਼ਿਲ੍ਹੇ ਦੀ ਆ ਜੀ ਜ਼ਮੀਨਾਂ ਦਾ ਇਹ ਹਾਲ ਤੁਸੀਂ ਰਾਜਸਥਾਨ ਮੱਧ ਪ੍ਰਦੇਸ਼ ਦੇਖ ਲੋ ਵੀਰ ਜੀ ਹਾਜ਼ਰੀ ਦਾ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ਸਰਾਜਪੁਰ ਗ੍ਰਿਡ ਚੋਂ ਲਾਈਟ ਆਉਂਦੀ ਆ ਬਾਈ ਜੀ ਉਰੇ 8 ਘੰਟੇ ਕਹਿੰਦੇ ਤੇ ਸਰਕਾਰ ਵੀ ਦੇਵਾਂਗੇ ਅੱਜ ਦਾ 6 ਵੀ ਨਹੀਂ ਪੂਰੇ ਦਿੰਦੇ ਕਦੇ 1 ਘੰਟਾ ਆ ਗਈ ਕਦੇ 2 ਘੰਟੇ ਦਾ ਕੱਟ ਲਾਤਾ ਪੀ ਸੀ ਵੱਲੋਂ ਕੱਟ ਹੈ ਕਦੇ ਫਲਾਨੇ ਵੱਲੋਂ ਕੱਟ ਹੈ ਉਹ ਬੰਦਾ ਟੈਨਸ਼ਨ ਲਈ ਮੋਟਰ ਤੇ ਪਿਆ ਦੇਖੋ ਕਰਪਸ਼ਨ ਏਜੰਡਾ ਬਣ ਗਿਆ ਤੁਸੀਂ ਕੱਲ ਵੇਖ ਹੀ ਲਿਆ ਕੱਲ ਮਾਈਨਿੰਗ ਤੇ ਕਿਵੇਂ ਐਨਜੀਟੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਕਿਵੇਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਔਰ ਮੈਂ ਤਾਂ ਹੈਰਾਨ ਹੋ ਗਿਆ ਅੱਜ ਖਬਰ ਪੜ੍ਹ ਕੇ ਸਾਨੂੰ ਤਾਂ ਪਹਿਲਾਂ ਸੀਗਾ ਕਿ ਥਾਣੇਦਾਰ ਲੈਵਲ ਤੱਕ ਹੀ ਮਿਲੀ ਭੁਗਤ ਚੱਲਦੀ ਆ ਮਾਈਨਿੰਗ ਮਾਫੀਆ ਦੀ ਆ ਮਾਈਨਿੰਗ ਮਾਫੀਆ 'ਚ ਕੱਲ ਇਹਨਾਂ ਨੇ ਪਰਚਾ ਵੀ ਦਰਜ ਕੀਤਾ ਇੱਕ ਤਾਂ ਇਹਨਾਂ ਦਾ ਇੱਕ ਬੰਦਾ ਕਾਂਗਰਸ ਨੇ ਦਿੱਲੀਓਂ ਲਾਇਆ ਉਹ ਕਹਿੰਦੇ ਗਾਂਧੀ ਪਰਿਵਾਰ ਦਾ ਬੜਾ ਚੇਤਾ ਹੈ ਇੱਕ ਤਾਂ ਚੌਧਰੀ ਰਕੇਸ਼ ਚੌਧਰੀ ਜੰਮੂ ਦਾ ਔਰ ਇੱਕ ਹੈ ਆਪਣਾ ਅਸ਼ੋਕ ਚੰਡੇਲ ਚਾਂਡਕ ਚਾਂਡਕ ਉਹ ਹੈਗਾ ਜੀ ਉਹਦੀ ਘਰ ਦੀ ਮੇਅਰ ਵੀ ਦੱਸੀ ਜਾਂਦੀ ਹੈ ਕਾਂਗਰਸ ਪਾਰਟੀ ਵੱਲੋਂ ਔਰ ਨਾਲ ਇਹ ਸਾਰੇ MLA ਜਿੰਨੇ ਨੇ ਉਹਨਾਂ ਦੇ ਤਾਂ ਕਾਰਵਾਈ ਸਭ ਨੂੰ ਪਤਾ NGT ਦੀਆਂ ਧੱਜੀਆਂ ਔਰ ਉਲਟਾ ਦੇਖੋ ਥਾਣੇਦਾਰ ਪਰਚਾ ਲਵੇ ਨਾ ਪੰਚਾਇਤ ਰੌਲਾ ਪਾ ਰਹੀ ਹੈ ਕਿ ਸਾਡੀ ਜ਼ਮੀਨ 'ਚ ਮਾਈਨਿੰਗ ਹੋ ਰਹੀ ਹੈ ਨੰਬਰ ਵੱਖਰੇ ਵਿਖਾਏ ਜਾ ਰਹੇ ਪਟਵਾਰੀ ਰੈਵਨਿਊ ਮਹਿਕਮਾ ਵੀ ਕਈ ਜਗ੍ਹਾ 'ਤੇ ਮਜਬੂਰਨ ਦਬਾਅ ਨਾਲ ਜੋੜਿਆ ਹੋਇਆ ਥਾਣੇਦਾਰ ਕੰਪਲੇਂਟ ਲਏ ਨਾ DGP ਨੂੰ ਕੰਪਲੇਂਟ ਚਲੇਗੀ ਸੁਖਬੀਰ ਜੀ ਦੇ ਖਿਲਾਫ਼ ਵਿਰਸਾ ਸਿੰਘ ਬਟੋਆ ਦੇ ਖਿਲਾਫ਼ ਲੋਪੋਕੇ ਸਾਹਿਬ ਦੇ ਖਿਲਾਫ਼ ਕਿ ਇਹਨਾਂ ਨੇ ਜਾ ਕੇ ਉੱਥੇ ਇਲੀਗਲ ਮਾਈਨਿੰਗ ਨੂੰ ਜਿਹੜਾ ਇਲੀਗਲ ਦੱਸਦੇ ਆ ਜਾਂ ਜਿਹੜਾ ਗੁੰਡਾ ਟੈਕਸ ਦੱਸਦੇ ਆ ਉਹਦਾ ਪਰਦਾ ਫਾਸ਼ ਕੀਤਾ DGP ਨੇ ਕੰਪਲੇਂਟ ਲੈ ਲਈ ਇਹਦਾ ਮਤਲਬ ਕੀ ਨਿਕਲਿਆ ਵੇਖੋ ਇਹਨਾਂ ਦੀ ਪਹੁੰਚ ਕਿੱਥੇ ਤੱਕ ਹੈ ਥਾਣੇਦਾਰ ਕੰਪਲੇਂਟ ਲੈਣ ਤੋਂ ਡਰਦਾ ਤੇ DGP ਨੇ 2 ਮਿੰਟ ਤੇ ਹਲੇ ਇਹਨਾਂ ਦਾ ਧਰਨਾ ਇੱਥੇ ਨਹੀਂ ਮੁੱਕਿਆ ਸੀ ਕਿ ਉੱਥੇ ਕੰਪਲੇਂਟ ਵੀ ਚਲੀ ਗਈ ਤੇ DGP ਸਾਹਿਬ ਨੇ ਮਾਰਕ ਵੀ ਕਰਤੀ ਇਹਦਾ ਤਾਂ ਮਤਲਬ ਕਿ ਇਕੱਲਾ ਥਾਣੇਦਾਰ ਨਹੀਂ ਉੱਤੇ ਤੱਕ DGP ਤੱਕ ਕੰਮ ਰਲਿਆ ਪਿਆ ਜਿਨ੍ਹਾਂ ਦੀ ਇੰਨੀ ਚੜ੍ਹਾਈ ਹੈ ਸਰਕਾਰ ਰਿਪੋਰਟ ਕੀ ਨੇ ਦੇਣੀ ਹੈ ਮੇਰਾ ਵੀ ਮੈਂ ਅੱਜ ਨਾ ਮਾਈਨਿੰਗ ਦੀ ਗੱਲ ਨਹੀਂ ਕਰਨੀ ਕੱਲ ਗੱਲ ਮੁੱਕ ਗਈ ਆ ਅੱਜ ਸਿਰਫ ਤੇ ਸਿਰਫ ਕਿਸਾਨਾਂ ਨੂੰ ਜਿਹੜਾ ਸੰਕਟ ਆਇਆ ਪੰਜਾਬ 'ਚ ਜਿਹੜੇ ਬਿਜਲੀ ਦੀ ਐਮਰਜੈਂਸੀ ਲੱਗ ਗਈ ਹੈ
फाइनेंशियल एमरजेंसी तो बाद बिजली एमरजेंसी और सरकार जेड़ी आईसीयू ते है, मैं कह सकदा सरकार एक तरीके दी मरण दे किनारे पई है हुण तां लिटरली कि इन्हां नूं है ही नहीं किसे दा डर फिकर, लोकां तां आप ते होए है। मार्च तक तो रहने नहीं, पुठी गिनती शुरू ਉਹ ਜੀ ਦੀ ਮਰਜ਼ੀ ਆ, ਆਉਣਾ ਤਾਂ ਨਹਿਰੀ ਪਾਣੀ ਤੋਂ ਯਾਰ ਸਾਹਿਬ, ਤੁਸੀਂ ਡੋਂਟ ਵਰੀ, ਰਹਿਣੇ ਮਾਰਚ ਤੱਕ। ਇਹ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਜੋ ਕਹਿੰਦੇ ਹਰ ਲਾਸਟ ਜਿਹੜਾ ਹੋਟਲ ਆ ਉਹਨੂੰ ਮੈਂ 70 ਦਾ ਸਕੂਲ ਬਣਾਵਾਂਗਾ। ਉਹ ਤਾਂ ਬੌਂਦਲ ਗਿਆ, ਉਹਨੂੰ ਕੁਰਸੀ ਦੇ ਦਿਓ ਨਹੀਂ ਤਾਂ ਉਹਨੇ ਕਮਲੇ ਹੋ ਜਾਣਾ। ਉਹਦੇ ਤੁਸੀਂ ਫੇਰ ਖਬਰ ਉਧਰ ਚਲਾ ਦੇਣੀ, ਅੱਜ ਇੱਧਰ ਕਿਸਾਨਾਂ ਦੀ ਗੱਲ ਕਰ ਲਓ, ਉਹਦੀ ਤਸੱਲੀ ਬਾਅਦ ਚ ਕਰਾਊਂਗਾ। ਕਪਤਾਨ ਕੋਲੋਂ ਤਾਂ ਕਰਾਈ ਨਹੀਂ ਗਈ, ਸਾਨੂੰ ਕਰਾਉਣੀ ਪੈਣੀ। ਆਹੀ ਤਾਂ ਰੌਲਾ ਜੀ, ਲੋਕਾਂ ਨੂੰ ਰੋਟੀ ਨਹੀਂ ਮਿਲ ਰਹੀ, ਇਹਨਾਂ ਦਾ ਲੰਚ ਡਿਨਰ ਨਹੀਂ ਮੁੱਕਣ ਡਿਆ ਕਿ ਕਦੇ ਫਲਾਣੇ ਉਹ ਮੈਨੂੰ ਅੱਜ ਕੋਈ ਪਤਾ ਨਹੀਂ। ਅੱਜ ਜਿਹੜਾ ਅੱਜ ਜਿਹਨਾਂ ਨਾਲ ਮੀਟਿੰਗ ਹੋਈ ਆ, ਸ਼ਾਮ ਤੱਕ ਪਤਾ ਲੱਗੇ ਕਿ ਫਲਾਣੇ ਇਸ ਮੁੰਡੇ ਇਹਦਾ ਵੀ ਮੁੰਡਾ ਰੱਖ ਲਓ, ਇਹਦੀ ਧੀ ਰੱਖ ਲਓ, ਇਹਦਾ ਰੱਖ ਲਓ। ਲੋਕ ਉੱਥੇ ਡੰਡੇ ਖਾਂਦੇ ਫਿਰਦੇ ਆ, ਕਦੇ ਪਟਿਆਲੇ ਕਦੇ ਕਿਤੇ, ਔਰ ਵੇਖੋ ਇਹ ਹਾਲਾਤ ਬਣ ਗਏ। ਇਹ ਆਰਡਰ ਵੀ ਨਹੀਂ ਮੈਂ ਕਦੇ ਸੁਣਿਆ, ਮੋਹਾਲੀ ਪੁਲਿਸ ਨੇ ਇੱਕ ਨਵਾਂ ਆਰਡਰ ਕੱਢਤਾ ਹੈ ਡਰਦੇ ਮਾਰੇ ਲੋਕਾਂ ਤੋਂ, ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਉਹ ਜਿੱਥੇ ਜੰਗਲ 'ਚ ਰਹਿੰਦੇ ਆ ਫਾਰਮ ਹਾਊਸ 'ਤੇ ਇੱਕ ਸੜਕ ਹੈ ਜਿੱਥੇ ਇਕੱਲਾ VVIP ਲੋਕ ਜਾ ਸਕਦੇ, ਸਧਾਰਨ ਲੋਕ ਨਹੀਂ ਜਾ ਸਕਦੇ। ਕਦੇ ਇਹੋ ਜਿਹਾ ਤੁਗਲੀ ਕੀ ਫਰਮਾਨ ਮੈਂ ਅੱਜ ਤੱਕ ਨਹੀਂ ਸੁਣਿਆ ਕਿ ਇਹੋ ਜਿਹੀ ਸੜਕ ਇੱਕ ਤਿਆਰ ਹੋ ਗਈ ਹੈ ਜੋ ਬਣੇ ਤਾਂ ਪੰਜਾਬ ਦੇ ਖਜ਼ਾਨੇ ਤੋਂ, ਲੋਕਾਂ ਦੇ ਖਜ਼ਾਨੇ 'ਚੋਂ, ਮਗਰ ਉੱਥੇ ਸਧਾਰਨ ਬੰਦਾ ਨਹੀਂ ਜਾ ਸਕਦਾ, ਕੇਵਲ ਜਿਹੜੀ ਸਰਕਾਰ ਦੀ ਦੁਰਵਰਤੋਂ ਕਰ ਰਹੇ ਆ ਖਜ਼ਾਨੇ ਦੀ, ਉਹ ਜਾ ਸਕਦੇ। ਥੈਂਕ ਯੂ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਇਹ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।